इस तरह के वडमुले विचार सर्वन करने लिए साडा चैनल सबसक्राइब करो ते नाल लगे बैल आइकन भी जरूर दबा दो ताकि तुसी हरेक वीडियो सब तो पहले देख सको। भूली फिरद संतरी भूली गृह तज जाए। कहने वाहेगुरु के नाम तो भूली हुई दसंतरी परदेसां च भूली फिरदी, दसो देसां च भूली फिरदी है, भटकदी फिरदी है। भूली गृह तज जाए ते भूली हुई अपने गुरु घर नूं छड़ जांदी। कहने गुरु घर की लोड़ ही नहीं। दसंतरी हुंदा थां थां दे उत्ते आ जिहड़े मंत्र जंतर तंत्रां वाले ने थले थले दिता सी जहाज खालसे नूं। पहला भी मैं प्रमाण दिता पिछले हफ्ते बई जिहड़ी कार है उहनूं तां सारे कानूनां नूं अपनाउणा पैणा। लाल बत्ती है तां खड़ जाओ, हरी बत्ती है, पीली बत्ती है, इत्थे आ साइन लग्गिया, इत्थों मोड़ नहीं कट्टणा, इत्थों जिहड़ा जहाज है उह अपने सारे शहर दे उत्तों ही लंघ जांदा। जहाज नूं लाल बत्ती नाल की है, पीली बत्ती नाल सानूं की है? साडा मतलब हरी बत्ती नाल जहाज 'च बैठिआं दा तां कोई नहीं है। जे इत्थे कार माड़ी जी दूसरी लाइन 'च अचानक गलती नाल हो जाए फिर गलती, पर जहाज दा दसो की मतलब है? जहाज नूं कोई मोड़ घोड़ नहीं, कोई बत्ती नहीं, कोई ਇਹ ਗੁਰੂ ਨਾਨਕ ਸਾਹਿਬ ਨੇ ਖਾਲਸੇ ਨੂੰ ਇੰਨੀ ਉੱਚੀ ਮਰਿਆਦਾ ਦਿੱਤੀ ਜਹਾਜ਼ ਵਰਗੀ। ਇਹ ਫੇਰ ਥੱਲੇ ਫਸੇ ਫਿਰਦੇ ਨੇ, ਲਾਲ ਦਾਨ, ਪੀਲਾ ਦਾਨ, ਹਰਾ ਦਾਨ। ਆਹ ਪਾਉਣਾ ਹੱਥਾਂ ਦੇ ਵਿੱਚ, ਲਾਲ ਪਾ ਲਓ, ਆਹ ਪਰ ਮੂੰਗਾ ਪਾ ਲਓ, ਪੀਲਾ ਪਾ ਲਓ, ਹਾਥੀ ਭਰੀ ਫਿਰਦੇ। ਫਿਰ ਕੀ ਹੋ ਗਿਆ? ਕੋਈ ਬਣਿਆ? ਕੁਛ ਵੀ ਨਹੀਂ ਬਣਿਆ, ਕਿਉਂਕਿ ਜਦੋਂ ਤੱਕ ਸਹਾਈ ਨਹੀਂ ਹੁੰਦੇ ਦਸਵੇਂ ਪਾਤਸ਼ਾਹ, ਮਰਿਆਦਾ ਵਾਲੇ ਬੰਦੇ ਦੇ ਸਹਾਈ ਹੁੰਦੇ ਦਸਵੇਂ ਪਾਤਸ਼ਾਹ, ਉਹਨੂੰ ਕੁਛ ਵੀ ਨਹੀਂ ਹੁੰਦਾ। ਜਿਹਦੇ ਸਹਾਈ ਨਹੀਂ ਹੁੰਦੇ ਦਸਵੇਂ ਪਾਤਸ਼ਾਹ, ਉਹ ਜਿੰਨਾ ਮਰਜ਼ੀ ਲਾਲਾਂ ਦੇ ਭਰ ਭਰ ਕੇ ਝੋਲੇ ਭਰੀ ਫਿਰੇ, ਜਿੰਨੇ ਮਰਜ਼ੀ ਦਾਨ ਪੁੰਨ ਕਰੀ ਜਾਵੇ, ਮਹਾਰਾਜ ਕਹਿੰਦੇ ਉਹਦਾ ਕੁਛ ਨਹੀਂ ਬਣਨਾ, ਉਹੀ ਰੌਲਾ ਨਾ ਪਾਈ ਜਾਓ। ਭੁੱਲੀ ਡੂੰਗਰ ਥਲ ਚੜ੍ਹੈ ਭਰਮੈ ਮਨ ਡੋਲਾਏ। ਵਾਹਿਗੁਰੂ ਤੋਂ ਭੁੱਲੀ ਹੋਈ ਜਿਹੜੀ ਡੂੰਗਰ ਕਿੱਥੇ ਜਾਂਦੀ? ਪਹਾੜਾਂ ਤੇ। ਕੋਈ ਮਹਾਂਪੁਰਖ ਬੋਲਿਆ ਕਰਦੇ ਇੱਕ ਬਚਨ, ਕਿਸੇ ਮਹਾਂਪੁਰਖ ਨੇ ਅੱਗੇ ਕਵਿਤਾ ਲਿਖੀ, ਕਹਿੰਦੇ ਕਿ ਹੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕੋਈ ਸਰਵਰ ਨੂੰ ਮੰਨਦਾ, ਕੋਈ ਪਹਾੜਾਂ ਜਾਂਦਾ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਿਭਾਗ ਸਿੰਘ ਦੀ ਡਿਊਟੀ ਲਾਈ ਸੀ ਕਰਤਾਰਪੁਰ ਸਾਹਿਬ, ਇੱਥੇ ਰਹਿਣਾ, ਰੱਖਿਆ ਕਰਨੀ, ਜੇ ਤੁਰਕ ਚੜ੍ਹ ਕੇ ਆ ਜਾਣ ਤਾਂ ਜੰਗ ਕਰਨੀ ਉਹਨਾਂ ਨਾਲ। ਜਦੋਂ ਤੁਰਕ ਚੜ੍ਹ ਕੇ ਆਏ, ਵਿਭਾਗ ਸਿੰਘ ਹੋਣੀ ਦੁੜਕੀਆਂ ਲਾ ਕੇ ਦੌੜ ਗਏ ਉੱਥੇ, ਕਹਿੰਦੇ ਕਿਹੜਾ ਲੜੂ ਕਿਹੜਾ ਮਰੂ ਸ਼ਹੀਦੀਆਂ ਪਾਉਣ ਤੋਂ ਡਰਦੇ ਪਹਾੜਾਂ ਜਾ ਵੜੇ। ਉੱਥੇ ਜਾ ਕੇ ਕਿਸੇ ਬੰਦੇ ਤੋਂ ਫਿਰ ਆ ਮੰਤਰ ਜੰਤਰ ਤੰਤਰ ਸਾਰੇ ਸਿੱਖ ਲਏ, ਉਹ ਪਹਾੜਾਂ 'ਚ ਥਾਂ ਬਣ ਗਿਆ। ਹੁਣ ਦੁਨੀਆ ਉੱਥੇ ਬਹੁਤ ਜ਼ਿਆਦਾ ਜਾਂਦੀ ਹੈ, ਪਰ ਕੀ ਗਰੰਟੀ ਹੈ ਕਿ ਸੱਚਖੰਡ ਥਾਂ ਮਿਲਣਾ? ਨਹੀਂ, ਕਿਉਂਕਿ ਜਿਹੜਾ ਗੁਰੂ ਤੋਂ ਬੇਮੁੱਖ ਹੋ ਕੇ ਦੌੜਿਆ ਹੋਇਆ ਨਾ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਫਿਰ ਛੇਕ ਦਿੱਤਾ ਗਿਆ ਸੀ। ਜਿਹੜਾ ਛੇਕਿਆ ਹੋਇਆ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਲੋਕ ਮੰਨਣ ਜਾਂਦੇ ਨੇ। ਸਾਡੇ ਗਾਤਰੇ ਪਾਏ ਹੁੰਦੇ ਨੇ ਉੱਥੇ ਧੌਲੀ ਧਾਰ ਥੱਲੇ ਨਹਾਉਂਦੇ ਜਾ ਕੇ। ਮਹਾਰਾਜ ਕਹਿੰਦੇ ਇਉਂ ਪਹਾੜਾਂ ਉੱਤੇ ਸਿੱਧ ਚੜ੍ਹ ਗਏ, ਵਾਹਿਗੁਰੂ ਤੋਂ ਭੁੱਲੀ ਹੋਈ ਡੂੰਗਰ ਥਲ ਚੜ੍ਹੈ, ਚਲੇ ਗਏ ਪਹਾੜਾਂ ਨੂੰ ਸਾਰੇ ਘਰ ਬਾਰ ਛੱਡ ਕੇ। ਅਤੇ ਥਲ ਤੇ ਜਾ ਚੜ੍ਹਦੀ ਹੈ, ਥਲਾਂ ਦੇ ਉੱਤੇ ਜਾ ਕਰਕੇ ਜਿੱਥੇ ਮਿੱਟੀ ਮਿੱਟੀ ਪਈ ਆ ਚਾਰੇ ਪਾਸੇ, ਖੁਸ਼ਕੀ ਵਾਲੇ ਥਾਂ ਨੇ ਜਿੱਥੇ ਨਸ਼ਿਆਂ ਵਿਸ਼ਿਆਂ ਵਿੱਚ ਜਾ ਲੋਕ ਭਟਕਦੇ ਨੇ, ਭਰਮ ਕਰਕੇ ਆਪਣੇ ਮਨ ਨੂੰ ਡਲਾਉਂਦੀ ਫਿਰਦੀ ਥਾਂ ਥਾਂ ਦੇ ਉੱਤੇ। ਇਸੇ ਤਰ੍ਹਾਂ ਵਾਹਿਗੁਰੂ ਤੋਂ ਭੁੱਲੀ ਹੋਈ ਜਿਹੜੀ ਆ ਨਾ, ਫਿਰ ਹੈ ਦਸੰਤਰੀ। ਦਸੰਤਰੀ ਹੁੰਦੀ ਸਾਧਨਾ ਦੇ ਕਰਨੇ ਵਿੱਚ ਹੀ ਲੱਗੀ ਹੋਈ ਹੈ, ਪ੍ਰਭੂ ਤੋਂ ਭੁੱਲੀ ਹੋਈ ਸਤਸੰਗਤ ਨੂੰ ਭੁੱਲ ਗਈ, ਅੰਤਰਮੁਖਤਾ ਰੂਪੀ ਘਰ ਨੂੰ ਤਿਆਗ ਜਾਂਦੀ ਹੈ। ਵਾਹਿਗੁਰੂ ਤੋਂ ਭੁੱਲੀ ਹੋਈ ਡੂੰਗਰ ਚੜ੍ਹਾ ਸ਼ਾਸਤਰਾਂ ਨੂੰ ਪੜ੍ਹਦੀ ਹੈ, ਥਲ ਚੜ੍ਹਾ ਤੋਂ ਪੁਰਾਣਾਂ ਨੂੰ ਪੜ੍ਹਦੀ ਹੈ, ਅਤੇ ਭਰਮ ਕਰਕੇ ਆਪਣੇ ਮਨ ਨੂੰ ਡੁਲਾਏ ਵੇਦਾਂ ਨੂੰ ਪੜ੍ਹਦੀ, ਉਹਨਾਂ 'ਤੇ ਮਨ ਡਲਾਉਂਦੀ ਹੈ। ਕਹਿੰਦੇ ਫਲਾਣੇ ਥਾਂ ਚੀਜ਼ ਲਿਖੀ ਹੋਈ ਹੈ। ਚਾਹੇ ਕਿੰਨਾ ਹੀ ਪੱਕਾ ਬੰਦਾ ਹੋਵੇ, ਬੜਾ ਪੱਕਾ ਗੁਰਸਿੱਖ, ਉਹਨੂੰ ਮੈਂ ਉਹਲੇ ਹੋ ਕੇ ਕਹਿ ਦਿੰਦੇ ਆਹ ਦੋ ਲਾਈਨਾਂ ਨੇ ਇੱਕ ਮੰਤਰ ਜਿਹਾ, ਬੜਾ ਮਾਇਆ ਆਉਂਦੀ ਇਹਦੇ ਨਾਲ, ਤਮਾਸ਼ਾ ਦੇਖ ਲਓ ਜੇ ਕਰਕੇ ਦੇਖਣਾ। ਉਹ ਕਹਿੰਦਾ ਅੱਛਾ ਲਿਆ ਲਿਖਾ ਦੇ, ਇਹ ਵੀ ਚੋਰੀ ਛੁੱਪੇ ਬਹਿ ਕੇ ਪੜ੍ਹ ਹੀ ਲਿਆ ਕਰਾਂਗੇ। ਇੱਕਦਮ ਮਨ ਡੋਲ ਜਾਂਦਾ। ਮਹਾਰਾਜ ਨੇ ਸਾਨੂੰ ਸਾਰਾ ਕੁਝ ਦਿੱਤਾ, ਟਿੱਚਰ ਮੂਲ ਨਾ ਥੁੜੀਂਦੋ, ਜਿੱਚਰ ਆਪ ਕਿਰਪਾਲ, ਸਬਦ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਆਹ ਦੋ ਪੰਗਤੀਆਂ, ਸਿਰਫ ਦੋ ਪੰਗਤੀਆਂ, ਇਹ ਪੰਗਤੀਆਂ ਦਾ ਅਭਿਆਸ ਕਰੀ ਜਾਓ, ਸਾਲ ਭਰ ਬੇਅੰਤ ਅਭਿਆਸ ਕਰ ਲਓ। ਜੇ ਕੋਈ ਪਦਾਰਥ ਦੀ ਕਮੀ ਰਹੇਗੀ ਘਰ 'ਚ ਤਾਂ ਦੱਸ ਦਿਓ। ਗੁਰਬਾਣੀ ਨੂੰ ਆਪਾਂ ਛੱਡ ਹੀ ਦਿੱਤਾ, ਭੁੱਲ ਹੀ ਗਏ ਹਾਂ ਸਾਰੀ ਗੁਰਬਾਣੀ ਵਿੱਚ। ਆਹ ਸੁਖਮਨੀ ਸਾਹਿਬ ਇੰਨੀ ਮਹਾਨ ਬਾਣੀ ਹੈ, ਮਹਾਰਾਜ ਨੇ ਸਾਰਾ ਕੁਝ ਲਿਖਿਆ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਸੁਖਮਨੀ ਸਾਹਿਬ ਆਖੇ ਇਹ ਬਾਣੀ ਤਾਕਤ ਨਹੀਂ। ਜਪਜੀ ਸਾਹਿਬ ਛੱਡ ਦਿੱਤਾ,
चौपी साहब च इन्नी पावर है वह सारी छड़ बैठे, जाप साहब च इन्नी कृपा, सवैया इन्नी कृपा, महाराज की बाणी सारी जी बड़ी कृपा।